ਬਠਿੰਡਾ ਦੇ 100 ਫੁੱਟਾ ਰੋਡ ਤੇ ਇੱਕ ਭਿਆਨਕ ਸੜਕੀ ਹਾਦਸਾ ਹੋਇਆ। ਫੋਰਚੂਨਰ ਕਾਰ ਨੇ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ ਹੈ। ਆਟੋ ਦੇ ਵਿੱਚ 11 ਬੱਚੇ ਸਵਾਰ ਸਨ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਕਿਸੇ ਦੇ ਸਿਰ ਤੇ, ਕਿਸੇ ਦੇ ਬਾਂਹ ਤੇ। ਇੱਕ ਬੱਚੇ ਦਾ ਪੱਟ ਫ੍ਰੈਕਚਰ ਹੋ ਚੁੱਕਿਆ, ਇਸ ਵੇਲੇ ਉਹ ਹਸਪੀਟਲ ਦੇ ਵਿੱਚ ਭਰਤੀ ਕਰਵਾਏ ਗਏ ਨੇ। ਦੱਸ ਦਈਏ ਕਿ ਫੋਰਚੂਨਰ ਜੋ ਕਿ ਫੁੱਲ ਸਪੀਡਾਂ ਤੇ ਆ ਰਹੀ ਸੀ, ਉਸਨੇ ਆਟੋ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ ਔਰ ਇਹ ਬੱਚੇ ਨੇ ਜਿਹੜੇ ਸੜਕ ਤੇ ਡਿੱਗ ਪਏ, ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਠਿੰਡਾ ਦੇ 100 ਫੁੱਟੀ ਰੋਡ ਦਾ ਇਹ ਪੂਰਾ ਮਾਮਲਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਾਰ ਨੇ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ। ਕਈ ਬੱਚੇ ਗੰਭੀਰ ਜ਼ਖਮੀ ਹੋਏ ਨੇ, ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇੱਕ ਬੱਚਾ ਜਿਸਦਾ ਪੱਟ ਫ੍ਰੈਕਚਰ ਹੋ ਚੁੱਕਿਆ ਔਰ ਬਾਕੀਆਂ ਦੇ ਸਿਰ ਤੇ ਔਰ ਕਈਆਂ ਦੇ ਬਾਹਾਂ ਤੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਠਿੰਡਾ ਦੇ 100 ਫੁੱਟੀ ਰੋਡ ਦਾ ਇਹ ਪੂਰਾ ਮਾਮਲਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦਾ ਭਾਰੀ ਇਕੱਠ ਇੱਥੇ ਜਮ੍ਹਾਂ ਹੋ ਗਿਆ ਔਰ ਫਟਾਫਟ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਾਰੇ ਸਕੂਲੀ ਬੱਚੇ ਨੇ ਜੋ ਕਿ ਛੁੱਟੀ ਮੌਕੇ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਫੋਰਚੂਨਰ ਕਾਰ ਨੇ ਆਟੋ ਦੇ ਨਾਲ ਜ਼ੋਰਦਾਰ ਟੱਕਰ ਮਾਰੀ। ਆਟੋ ਦੇ ਵਿੱਚ ਸਕੂਲ ਦੇ ਬੱਚੇ ਸਵਾਰ ਸੀ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਇੱਕ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਕੁੱਲ ਆਟੋ ਦੇ ਵਿੱਚ 11 ਸਕੂਲੀ ਬੱਚੇ ਸਵਾਰ ਸਨ, ਛੁੱਟੀ ਤੋਂ ਬਾਅਦ ਆਪਣੇ ਘਰ ਜਾ ਰਹੇ ਸੀ ਤਾਂ ਫੋਰਚੂਨਰ ਕਾਰ ਨੇ ਇਹਨਾਂ ਆਟੋ ਦੇ ਵਿੱਚ ਟੱਕਰ ਮਾਰੀ ਔਰ ਇਹ ਭਿਆਨਕ ਸੜਕੀ ਹਾਦਸਾ ਹੋ ਗਿਆ। ਇਹ ਪਤਾ ਲੱਗ ਗਿਆ ਜਦੋਂ ਆਟੋ ਲੰਘ ਰਿਹਾ, ਪੂਰਾ ਗੱਡੀ ਫੁੱਲ ਸਪੀਡ ਤੇ ਆ ਰਹੀ ਹੈ ਜੀ, ਬੱਚਿਆਂ ਵਾਲਾ ਆਟੋ ਹੈ ਜੀ, ਸਕੂਲ ਦੇ ਬੱਚੇ ਆ, ਬੱਚੇ ਮੰਨ ਲਓ ਬੇਰਾਂ ਵਾਂਗੂ ਖਿਲਰ ਕੇ ਸੜਕ ਤੇ ਜੀ। ਕਿੰਨੇ ਬੱਚੇ ਸੀਗੇ? ਬੱਚੇ 7-8 ਬੱਚੇ ਸੀਗੇ ਜੀ, ਦੋ ਹਸਪਤਾਲਾਂ 'ਚ ਇੱਥੇ ਨੇੜੇ ਨੇੜੇ ਜੀ। ਸਾਡੇ ਕੋਲ ਜੀ ਲਗਭਗ 11 ਬੱਚੇ ਅਤੇ ਇੱਕ ਆਟੋ ਡਰਾਈਵਰ ਨੂੰ 108 ਐਂਬੂਲੈਂਸ ਅਤੇ ਸਹਾਰਾ ਜਨ ਸੇਵਾ ਦੁਆਰਾ ਸਾਡੇ ਕੋਲ ਲਿਆਂਦਾ ਗਿਆ ਹੈ। ਉਹਨਾਂ ਦੇ ਦੱਸਣ ਮੁਤਾਬਕ ਬਠਿੰਡੇ ਦੀ 100 ਫੁੱਟੀ ਰੋਡ 'ਤੇ ਕਿਸੇ ਇਹ ਆਟੋ ਦੇ ਵਿੱਚ ਸੀਗੇ ਅਤੇ ਕਿਸੇ ਕਾਰ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਜੀ। ਬੱਚੇ ਅਤੇ ਆਟੋ ਡਰਾਈਵਰ ਹਜੇ ਇਲਾਜ ਅਧੀਨ ਚੱਲ ਰਹੇ ਨੇ ਅਤੇ ਹਜੇ ਮੁੱਢਲੇ ਹਾਲਾਤਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਬੱਚੇ ਦੇ ਪੱਟ ਦਾ ਫ੍ਰੈਕਚਰ ਹੈਗਾ, ਥਾਈ ਫ੍ਰੈਕਚਰ ਹੈ, ਅਤੇ ਬਾਕੀਆਂ ਨੂੰ ਹਜੇ ਅਸੀਂ ਐਕਸਰੇ ਵਗੈਰਾ ਕਰਾ ਕੇ ਸਿਚੁਏਸ਼ਨ ਹੋ ਚੁੱਕੀ ਹੈ। ਤਕਰੀਬਨ ਸਾਰੇ ਬੱਚੇ ਜੀ ਲਗਭਗ ਖਤਰੇ ਤੋਂ ਬਾਹਰ ਲੱਗ ਰਹੇ ਨੇ, ਫਿਰ ਵੀ ਹਜੇ ਅਸੀਂ ਇਹਨਾਂ ਦੀਆਂ ਰਿਪੋਰਟਾਂ ਦੀ ਉਡੀਕ ਕਰ ਰਹੇ ਹਾਂ। ਜ਼ਿਆਦਾਤਰ ਬੱਚਿਆਂ ਦੇ ਜੀ ਸਿਰ 'ਤੇ ਸੱਟਾਂ ਨੇ, ਬਾਹਾਂ 'ਤੇ ਨੇ ਅਤੇ ਇੱਕ ਜਿਵੇਂ ਕਿ ਮੈਂ ਦੱਸ ਰਿਹਾ ਇੱਕ ਬੇਟੀ ਦਾ ਲੱਤ ਦਾ ਫ੍ਰੈਕਚਰ। ਬਠਿੰਡਾ ਦੇ 100 ਫੁੱਟਾ ਰੋਡ 'ਤੇ ਇੱਕ ਭਿਆਨਕ ਸੜਕੀ ਹਾਦਸਾ ਹੋਇਆ। ਫੋਰਚੂਨਰ ਕਾਰ ਨੇ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ ਹੈ। ਆਟੋ ਦੇ ਵਿੱਚ 11 ਬੱਚੇ ਸਵਾਰ ਸਨ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਕਿਸੇ ਦੇ ਸਿਰ ਤੇ, ਕਿਸੇ ਦੇ ਬਾਂਹ ਤੇ। ਇੱਕ ਬੱਚੇ ਦਾ ਪੱਟ ਫ੍ਰੈਕਚਰ ਹੋ ਚੁੱਕਿਆ, ਇਸ ਵੇਲੇ ਉਹ ਹਸਪੀਟਲ ਦੇ ਵਿੱਚ ਭਰਤੀ ਕਰਵਾਏ ਗਏ ਨੇ। ਦੱਸ ਦਈਏ ਕਿ ਫੋਰਚੂਨਰ ਜੋ ਕਿ ਫੁੱਲ ਸਪੀਡਾਂ ਤੇ ਆ ਰਹੀ ਸੀ, ਉਸਨੇ ਆਟੋ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ ਔਰ ਇਹ ਬੱਚੇ ਨੇ ਜਿਹੜੇ ਸੜਕ ਤੇ ਡਿੱਗ ਪਏ, ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਠਿੰਡਾ ਦੇ 100 ਫੁੱਟੀ ਰੋਡ ਦਾ ਇਹ ਪੂਰਾ ਮਾਮਲਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਾਰ ਨੇ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ। ਕਈ ਬੱਚੇ ਗੰਭੀਰ ਜ਼ਖਮੀ ਹੋਏ ਨੇ, ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇੱਕ ਬੱਚਾ ਜਿਸਦਾ ਪੱਟ ਫ੍ਰੈਕਚਰ ਹੋ ਚੁੱਕਿਆ ਔਰ ਬਾਕੀਆਂ ਦੇ ਸਿਰ ਤੇ ਔਰ ਕਈਆਂ ਦੇ ਬਾਹਾਂ ਤੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਠਿੰਡਾ ਦੇ 100 ਫੁੱਟੀ ਰੋਡ ਦਾ ਇਹ ਪੂਰਾ ਮਾਮਲਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦਾ ਭਾਰੀ ਇਕੱਠ ਇੱਥੇ ਜਮ੍ਹਾਂ ਹੋ ਗਿਆ ਔਰ ਫਟਾਫਟ
ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਾਰੇ ਸਕੂਲੀ ਬੱਚੇ ਨੇ ਜੋ ਕਿ ਛੁੱਟੀ ਮੌਕੇ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਫੋਰਚੂਨਰ ਕਾਰ ਨੇ ਆਟੋ ਦੇ ਨਾਲ ਜ਼ੋਰਦਾਰ ਟੱਕਰ ਮਾਰੀ। ਆਟੋ ਦੇ ਵਿੱਚ ਸਕੂਲ ਦੇ ਬੱਚੇ ਸਵਾਰ ਸੀ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਇੱਕ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਕੁੱਲ ਆਟੋ ਦੇ ਵਿੱਚ 11 ਸਕੂਲੀ ਬੱਚੇ ਸਵਾਰ ਸਨ। ਛੁੱਟੀ ਤੋਂ ਬਾਅਦ ਆਪਣੇ ਘਰ ਜਾ ਰਹੇ ਸੀ ਤਾਂ ਫੋਰਚੂਨਰ ਕਾਰ ਨੇ ਇਹਨਾਂ ਆਟੋ ਦੇ ਵਿੱਚ ਟੱਕਰ ਮਾਰੀ ਔਰ ਇਹ ਭਿਆਨਕ ਸੜਕੀ ਹਾਦਸਾ ਹੋ ਗਿਆ। ਇਹ ਪਤਾ ਲੱਗਿਆ ਜੀ ਇਧਰੋਂ ਆਟੋ ਲੰਘ ਰਿਹਾ, ਪੂਰਾ ਗੱਡੀ ਫੁੱਲ ਸਪੀਡ 'ਤੇ ਆ ਰਹੀ ਹੈ ਜੀ। ਬੱਚਿਆਂ ਵਾਲਾ ਆਟੋ ਹੈ ਜੀ, ਸਕੂਲ ਦੇ ਬੱਚੇ ਆ, ਬੱਚੇ ਮੰਨ ਲਓ ਬੇਰਾਂ ਵਾਂਗੂ ਖਿਲਰ ਗਏ ਸੜਕ 'ਤੇ ਜੀ। ਬੱਚੇ 7-8 ਬੱਚੇ ਸੀਗੇ ਜੀ, ਦੋ ਹਸਪਤਾਲਾਂ 'ਚ ਇੱਥੇ ਨੇੜੇ ਨੇੜੇ ਜੀ। ਸਾਡੇ ਕੋਲ ਜੀ ਲਗਭਗ 11 ਬੱਚੇ ਅਤੇ ਇੱਕ ਆਟੋ ਡਰਾਈਵਰ ਨੂੰ 108 ਐਂਬੂਲੈਂਸ ਅਤੇ ਸਹਾਰਾ ਜਨ ਸੇਵਾ ਦੁਆਰਾ ਸਾਡੇ ਕੋਲ ਲਿਆਂਦਾ ਗਿਆ ਹੈ। ਉਹਨਾਂ ਦੇ ਦੱਸਣ ਮੁਤਾਬਕ ਬਠਿੰਡੇ ਦੀ 100 ਫੁੱਟੀ ਰੋਡ 'ਤੇ ਕਿਸੇ ਇਹ ਆਟੋ ਦੇ ਵਿੱਚ ਸੀਗੇ ਅਤੇ ਕਿਸੇ ਕਾਰ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਜੀ। ਬੱਚੇ ਅਤੇ ਆਟੋ ਡਰਾਈਵਰ ਹਜੇ ਇਲਾਜ ਅਧੀਨ ਚੱਲ ਰਹੇ ਨੇ ਅਤੇ ਹਜੇ ਮੁੱਢਲੇ ਹਾਲਾਤਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਬੱਚੇ ਦੀ ਪੱਟ ਦਾ ਫ੍ਰੈਕਚਰ ਹੈਗਾ, ਥਾਈ ਫ੍ਰੈਕਚਰ ਹੈ ਅਤੇ ਬਾਕੀਆਂ ਨੂੰ ਹਜੇ ਅਸੀਂ ਐਕਸਰੇ ਵਗੈਰਾ ਕਰਾ ਕੇ ਸਿਚੁਏਸ਼ਨ ਹੋ ਚੁੱਕੀ ਹੈ। ਤਕਰੀਬਨ ਸਾਰੇ ਬੱਚੇ ਜੀ ਲਗਭਗ ਖਤਰੇ ਤੋਂ ਬਾਹਰ ਲੱਗ ਰਹੇ ਨੇ, ਫਿਰ ਵੀ ਹਜੇ ਅਸੀਂ ਇਹਨਾਂ ਦੀਆਂ ਰਿਪੋਰਟਾਂ ਦੀ ਉਡੀਕ ਕਰ ਰਹੇ ਹਾਂ। ਜ਼ਿਆਦਾਤਰ ਬੱਚਿਆਂ ਦੇ ਜੀ ਸਿਰ 'ਤੇ ਸੱਟਾਂ ਨੇ, ਬਾਹਾਂ 'ਤੇ ਨੇ ਅਤੇ ਇੱਕ ਜਿਵੇਂ ਕਿ ਮੈਂ ਦੱਸ ਰਿਹਾ ਇੱਕ ਬੇਟੀ ਦਾ ਲੱਤ ਦਾ ਫ੍ਰੈਕਚਰ ਹੈ।